इंदी तेरे लिए मैं चेंज कीता दर्जी कहंदी लव आया रेंज तेरी मर्जी कहंदी नाम तेरा गुट ते लिखा लिया कहंदी डर धक्का तो दिल ला लिया। सत श्री अकाल, की हाल चाल है? सारे ठीक ठाक हो गए? ਆਪਾਂ ਸੌਂਗ ਦੇ ਉੱਤੇ ਰਿਐਕਸ਼ਨ ਲੈ ਕੇ ਆ ਚੁੱਕੇ ਹਾਂ। ਮੈਕਿੰਗ ਮੈਮਰੀਜ਼ ਜਿਹੜੀ ਬਾਈ ਦੀ ਐਲਬਮ ਚੱਲ ਰਹੀ ਆ ਗਏ ਹਾਂ। ਸੌਂਗ ਦਾ ਨਾਮ ਜੀ ਨਹੀਂ ਲੱਗਦਾ, ਅਤੇ ਚਲੋ ਦੇਖਦੇ ਹਾਂ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ। ਜਿਨ੍ਹਾਂ ਨੂੰ ਐਲਬਮ ਪਸੰਦ ਆਈ ਆ ਉਹ ਤਾਂ ਬਾਈ ਲਾਈਕ ਕਰਕੇ, ਅਤੇ ਸਭ ਤੋਂ ਪਿਆਰੇ ਸੌਂਗ ਦਾ ਨਾਮ ਆਪਣਾ ਜਿਹੜੇ ਐਲਬਮ ਦੇ ਵਿੱਚ ਜਿੰਨੇ ਵੀ 8 ਸੌਂਗ ਆ ਉਹਦੇ 'ਚ ਸਭ ਤੋਂ ਪਿਆਰਾ ਤੁਹਾਡਾ ਫੇਵਰੇਟ ਸੌਂਗ ਕਿਹੜਾ ਵਾ ਉਹ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਅਤੇ ਬਾਕੀ ਆਪਾਂ ਗੱਲਾਂ ਬਾਅਦ 'ਚ ਹੀ ਕਰਾਂਗੇ। ਪਹਿਲਾਂ ਦੇਖਾਂਗੇ ਬਾਈ ਦਾ ਸੌਂਗ। ਇੱਕ ਗੱਲ ਮੈਂ ਕਹੂੰਗਾ, ਬਾਈ ਨੇ ਕੋਕੇ ਜੜੇ ਪਏ ਆ ਇੱਕੇ ਬਾਈ ਨੇ ਮਿਊਜ਼ਿਕ ਦੇ ਤੇ ਯਾਰ, ਸੱਚੀ ਉਹ ਬੜਾ ਘੈਂਟ ਮਿਊਜ਼ਿਕ ਕੀਤਾ ਕਿ ਜਿਹਨੂੰ ਸੁਣ ਕੇ ਹਾਂ ਯਾਰ ਵਾਈਬ 'ਤੇ ਕੁਝ ਨਾ ਕੁਝ ਨਵੀਂ ਆ ਰਹੀ ਆ ਗਾਣੇ ਦੇ 'ਚ। ਚਾਰ ਸੌਂਗ ਸੁਣੇ ਆ, ਆ ਡਿਫਰੈਂਟ ਸੌਂਗ ਆ ਗਿਆ, ਪੰਜਵਾਂ ਸੌਂਗ ਹੀ ਬਾਈ ਨੇ ਚੁੱਕਤਾ ਕੰਮ ਦਾ। ਤੇਰਾ ਜੀ ਨਾ ਲੱਗੇ ਤੇ ਮੇਰਾ ਵੀ ਨਹੀਂ ਲੱਗਦਾ, ਕਿਆ ਬਾਤ ਹੈ। ਮਤਲਬ ਯਾਰ ਸੌਂਗ ਦੀ ਤੁਸੀਂ ਵਾਈਬ ਦੇਖੋ ਬਾਈ, ਖੁੱਲ੍ਹ ਕੇ ਸੌਂਗ ਇਹ ਵਾਲਾ ਗਾ ਰਿਹਾ। ਮੈਂ ਪਹਿਲਾ ਸੌਂਗ ਦਿੱਤਾ ਉਹ ਵੀ ਥੋੜ੍ਹਾ ਲਾਈਟ ਸੀ, ਦੂਜਾ ਵੀ ਲਾਈਟ ਸੀ, ਤੀਜਾ ਵੀ ਲਾਈਟ ਸੀ, ਚੌਥਾ ਚੁੱਕਤਾ ਕੰਮ। ਕੈਟ ਹੈ ਕੈਟ ਬਾਈ, ਜਿੰਨਾ ਮਰਜ਼ੀ ਸੱਚੀ ਕਵਾਂ ਬਹੁਤ ਕੈਟ ਸੌਂਗ ਹੈ ਯਾਰ। ਡਿਫਰੈਂਟ ਬਾਈ, ਮੈਂ ਨਾ ਕੱਲ੍ਹ ਕਿਸੇ ਦੀ ਵੀਡੀਓ ਦੇਖ ਰਿਹਾ ਸੀ, ਉਹ ਬਾਈ ਕਹਿੰਦਾ ਸੀ ਕਿ ਆਪਣੇ ਸੁਣਨ ਦਾ ਇੱਕ ਟੇਸਟ ਇਹ ਐਲਬਮ ਚੇਂਜ ਕਰੂਗੀ। ਉਹ ਗੱਲ ਸੱਚੀ, ਉਹ ਸੱਚੀ ਚੇਂਜ ਕਰੂਗੀ ਯਾਰ। ਕਹਿੰਦੀ ਤੇਰੇ ਲਈ ਮੈਂ ਚੇਂਜ ਕੀਤਾ ਦਰਜੀ, ਕਹਿੰਦੀ ਲਵ ਆਇਆ ਰੇਂਜ ਤੇਰੀ ਮਰਜ਼ੀ, ਕਹਿੰਦੀ ਨਾਮ ਤੇਰਾ ਗੁੱਟ ਤੇ ਲਿਖਾ ਲਿਆ, ਕਹਿੰਦੀ ਡਰ ਦਾਕਾ ਤੋਂ ਆ ਦਿਲ ਲਾ ਲਿਆ, ਕਹਿੰਦੀ ਵਾਦਾ ਮੇਰਾ ਦਿੱਤੀ ਤੇਰੇ ਨਾਲ ਨਾਲ, ਕਹਿੰਦੀ ਪਤਾ ਤੇਰੀ ਮੁੱਛ ਦਾ ਸਵਾਲ, ਕਹਿੰਦੀ ਮੈਥੋਂ ਨੇੜੇ ਤੇਰਾ ਤੈਨੂੰ ਟੂਲਾ ਟੂਲਾ, ਕਹਿੰਦੀ ਤੇਰੇ ਹੱਥੋਂ ਜ਼ਹਿਰ ਵੀ ਕਬੂਲਾ, ਯਾਰਾਂ ਨਾਲ ਰਹਿਣਾ ਸੋਹਣਿਆ। ਕੁੜੀ ਨੂੰ ਕਿੰਨਾ ਪਿਆਰ ਹੋ ਗਿਆ, ਉਹ ਕਹਿੰਦੀ ਮੈਨੂੰ ਸਭ ਕੁਝ ਕਬੂਲ ਆ, ਜੇ ਤੂੰ ਕਵੇਂ ਨਾ ਜ਼ਹਿਰ ਖਾਲਾ ਉਹ ਵੀ ਮੈਨੂੰ ਕਬੂਲ ਆ, ਤੇਰੇ ਵਾਸਤੇ ਮੈਂ ਦਰਜੀ ਵੀ ਚੇਂਜ ਕਰਤਾ ਸੂਟਾਂ ਵਾਸਤੇ, ਤੂੰ ਜਿੱਦਾਂ ਕਹੇਗਾ ਉੱਦਾਂ ਮੈਂ ਚੱਲ ਲੂੰ, ਬਸ ਤੂੰ ਜੇ ਕਹੇਗਾ ਲਵ ਮੈਰਿਜ ਕਰ ਲੂੰਗੀ, ਜੇ ਅਰੇਂਜ ਕਹਿੰਦੀ ਅਰੇਂਜ ਕਰ ਲੂੰਗੀ। ਕਿਆ ਬਾਤ ਹੈ ਯਾਰ, ਮੇਰਾ ਨਾ ਸੱਚੀ ਬੜਾ ਬੋਲਣ ਨੂੰ ਜੀ ਕਰਦਾ ਹੁੰਦਾ ਜਦੋਂ ਮੈਂ ਵੀਡੀਓ ਬਣਾਉਂਦਾ। ਮੈਂ ਸੋਚਦਾ ਯਾਰ ਜਿੰਨਾ ਚਿਰ ਆਪਾਂ ਆਪਣਾ 100% ਨਾ ਗਾਣੇ ਨੂੰ ਦਈਏ ਤੇ ਕੀ ਰਿਐਕਸ਼ਨ ਕਰਨ ਦਾ ਫਾਇਦਾ, ਸਿਰ ਤੇ ਬੜੇ ਲਾਈ ਜਾਂਦੇ ਆ। ਮੇਰੇ ਲਈ ਤਾਂ ਦੇਖਿਆ ਤੂੰ ਕਦੇ ਵੀ ਫਰੀ ਨਹੀਂ ਓ ਲੱਗਦਾ, ਜਿੱਦਣ ਦੀ ਮਿਲੀ ਜੱਟ ਨੂੰ ਕੁੜੀ ਕਹਿੰਦੀ ਜੀ ਨਹੀਂ ਓ ਲੱਗਦਾ, ਜੀ ਨਹੀਂ ਓ ਲੱਗਦਾ, ਲੱਗਦਾ ਇਸ਼ਕ ਹੋ ਗਿਆ ਤੇਰਾ ਵੀ ਨਾ ਲੱਗੇ ਤੇ ਮੇਰਾ ਵੀ ਨਹੀਂ ਓ ਲੱਗਦਾ, ਕਹਿੰਦੀ ਕੁੜੀਆਂ ਤੇਰਾ ਵੀ ਨਾ ਲੱਗੇ ਤੇ ਮੇਰਾ ਵੀ ਨਹੀਂ ਲੱਗਦਾ। ਅੱਛਾ ਠੀਕ ਆ, ਤਾਂ ਹੋਰ ਵੀ ਨੇ ਔਜਲੇ, ਕਹਿੰਦੀ ਮੋਰ ਵੀ ਨੇ ਚੋਰ ਵੀ ਨੇ ਔਜਲੇ, ਕਹਿੰਦੀ ਮੈਂ ਤਾਂ ਬਸ ਸ਼ੱਕੀ ਜਿਹੀ ਹੋ ਜਾਵਾਂ, ਕਹਿੰਦੀ ਉਹ ਤਾਂ ਗੁੱਸੇ ਖੋਰ ਵੀ ਨੇ ਔਜਲੇ, ਕਹਿੰਦੀ ਲਿਖਣਾ ਤੂੰ ਮੇਰੇ ਕੋਲੋਂ ਸਿੱਖਿਆ, ਹਾਏ ਉਹ ਪਰ ਅੱਜ ਤੱਕ ਮੇਰੇ ਤੇ ਨਹੀਂ ਲਿਖਿਆ, ਕਹਿੰਦੀ ਕੋਈ ਨਾ ਤੇਰੇ ਨਾਲ, ਹਾਏ ਉਹ ਮੈਨੂੰ ਪਤਾ ਤੇਰੀ ਮੁੱਛ ਦਾ ਸਵਾਲ ਆ। ਕਿਆ ਬਾਤ ਹੈ, ਇਹ ਇਹ ਭਾਬੀ ਤੇ ਨਹੀਂ ਸੌਂਗ ਲਾਇਆ ਭਾਈ ਨੇ, ਕਿਉਂਕਿ ਜਦੋਂ ਦੀ ਬਾਈ ਦੇ ਜ਼ਿੰਦਗੀ 'ਚ ਭਾਬੀ ਜੀ ਆਏ ਉਦੋਂ ਦੀ ਡਿਫਰੈਂਟ ਹੋਈ ਹੋਊਗੀ ਜ਼ਿੰਦਗੀ, ਤੇ ਉਹਨਾਂ ਨੇ ਸ਼ਾਇਦ ਕਿਹਾ ਤੂੰ ਮੇਰੇ ਤੇ ਪ੍ਰਤੀ ਤੇ ਕੁਝ ਵੀ ਨਹੀਂ ਲਿਖਿਆ ਗਾਣਿਆਂ 'ਚ। ਉਹ ਤਾਂ ਗੁੱਸੇ ਖੋਰ ਵੀ ਨੇ ਔਜਲੇ, ਕਹਿੰਦੀ ਲਿਖਣਾ ਤੂੰ ਮੇਰੇ ਕੋਲੋਂ ਸਿੱਖਿਆ, ਹਾਏ ਪਰ ਅੱਜ ਤੱਕ ਮੇਰੇ ਤੇ ਨਹੀਂ ਲਿਖਿਆ, ਕਹਿੰਦੀ ਕੋਈ ਨਾ ਤੇਰੇ ਨਾਲ, ਹਾਏ ਉਹ ਮੈਨੂੰ ਪਤਾ ਤੇਰੀ ਮੁੱਛ ਦਾ ਸਵਾਲ ਆ, ਤੇਰੇ ਸਾਰੇ ਯਾਰ ਸੈੱਟ ਨੇ ਤੇਰਾ ਹੁਣ ਕਦੋਂ ਸੈੱਟ ਆਊ, ਆਉਂਦਾ ਹੀ ਨਹੀਂ ਓ ਲੱਗਦਾ, ਜਿੱਦਣ ਦੀ ਮਿਲੀ ਜੱਟ ਨੂੰ ਕੁੜੀ ਕਹਿੰਦੀ ਜੀ ਨਹੀਂ ਓ ਲੱਗਦਾ, ਜੀ ਨਹੀਂ ਓ ਲੱਗਦਾ, ਲੱਗਦਾ ਇਸ਼ਕ ਹੋ ਗਿਆ ਤੇਰਾ ਵੀ ਨਾ ਲੱਗੇ ਤੇ ਮੇਰਾ ਵੀ ਨਹੀਂ ਓ ਲੱਗਦਾ, ਜਿੱਦਣ ਦੀ ਮਿਲੀ ਜੱਟ ਨੂੰ ਕੁੜੀ ਕਹਿੰਦੀ ਜੀ ਨਹੀਂ ਓ ਲੱਗਦਾ, ਜੀ ਨਹੀਂ ਓ ਲੱਗਦਾ, ਲੱਗਦਾ ਇਸ਼ਕ ਹੋ ਗਿਆ ਤੇਰਾ ਵੀ ਨਾ ਲੱਗੇ ਤੇ ਮੇਰਾ ਵੀ ਨਹੀਂ ਓ ਲੱਗਦਾ। ਬੜੀ ਬੜੀ ਛੇਤੀ ਗਾਣਾ ਮਤਲਬ ਖਤਮ ਜਿਹਾ ਕਰ ਦਿੰਦਾ ਬਾਈ, ਇੱਕਦਮ ਹੀ ਮਤਲਬ ਗਾਣੇ ਦੀ ਐਂਡਿੰਗ ਕਰ ਦਿੰਦਾ ਬਾਈ, ਬਹੁਤ ਘੈਂਟ ਆ। ਬਾਕੀ ਦੂਜਾ ਸੌਂਗ ਦਾ ਵੀ ਪ੍ਰੀਮੀਅਰ ਚੱਲਣ ਹੀ ਵਾਲਾ ਵਾ, ਅਤੇ ਆਪਾਂ ਵੀ ਉੱਤੇ ਰਿਐਕਸ਼ਨ ਲੈ ਕੇ ਆ ਜਾਣਾ ਹੁਣ ਤੁਰੰਤ।
ਅਤੇ ਤੁਸੀਂ ਦੱਸੋ ਤੁਹਾਨੂੰ ਇਹ ਸੌਂਗ ਕਿੱਦਾਂ ਦਾ ਲੱਗਾ? ਬਾਈ ਬਹੁਤ ਘੈਂਟ ਸੌਂਗ ਸੀ, ਸੌਂਗ ਦੇ 'ਚ ਵਾਈਬ ਬੜੀ ਘੈਂਟ ਸੀ, ਸੌਂਗ ਦਾ ਮਿਊਜ਼ਿਕ ਬੜਾ ਘੈਂਟ ਸੀ ਕਿ ਬਾਈ ਨੇ ਕੋਕੇ ਜੜੇ ਪਏ ਆ ਬਾਈ। ਅਤੇ ਤੁਸੀਂ ਦੱਸਿਓ ਤੁਹਾਨੂੰ ਇਹ ਵਾਲਾ ਸੌਂਗ ਕਿੱਦਾਂ ਦਾ ਲੱਗਾ? ਮੈਨੂੰ ਤਾਂ ਲਿਟਰਲੀ ਬਹੁਤ ਸੋਹਣਾ ਸੌਂਗ ਲੱਗਾ। ਜੇ ਤੁਸੀਂ ਹਾਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਕਰ ਦਿਓ, ਆਪਾਂ 1 ਲੱਖ ਸਬਸਕ੍ਰਾਈਬਰ ਜਲਦੀ ਜਲਦੀ ਕੰਪਲੀਟ ਕਰਨੇ ਆ। ਅਤੇ ਬਾਕੀ ਦੂਜੇ ਸੌਂਗ ਦਾ ਵੀ ਪ੍ਰੀਮੀਅਰ ਚੱਲ ਚੁੱਕਿਆ ਵਾ, ਉੱਥੇ ਕਰਦੇ ਹਾਂ ਰਿਐਕਸ਼ਨ। ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ, ਬਾਏ ਬਾਏ।